ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਕੋਟਕਪੂਰੀ ਲਾਗੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਪਿੰਡ ਮੰਨਣਹਾਨਾ ਵਿਖੇ ਸ਼੍ਰੀਮਾਨ 108 ਸੰਤ ਬਾਬਾ ਹਰੀ ਸਿੰਘ ਨੇਕੀ ਵਾਲਿਆਂ ਦੇ 106ਵੇਂ ਜਨਮ ਦਿਵਸ ਦੀ ਖੁਸ਼ੀ ਵਿੱਚ 27ਵਾਂ ਮਹਾਨ ਸੰਤ ਸਮਾਗਮ ਪ੍ਰਮੁੱਖ ਸੇਵਾਦਾਰ ਸੰਤ ਬਾਬਾ ਬਲਬੀਰ ਸਿੰਘ ਜੀ ਅਤੇ ਸੰਤ ਬਾਬਾ ਜਸਵੰਤ ਸਿੰਘ ਜੀ ਦੀ ਰਹਿਨੁਮਾਈ ਹੇਠ ਦੇਸ਼ ਵਿਦੇਸ਼ ਦੀ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਪੂਰਵਕ ਕਰਵਾਇਆ ਗਿਆ। 14 ਜੂਨ ਤੋਂ ਸ਼ੁਰੂ ਹੋਏ ਲੜੀਵਾਰ ਅਖੰਡ ਪਾਠਾਂ ਦੇ ਭੋਗ 16 ਜੂਨ 2015 ਨੂੰ ਗੁਰਦੁਆਰਾ ਹਰੀਸਰ ਮੰਨਣਹਾਨਾ ਵਿਖੇ ਸੰਪੂਰਨ ਧਾਰਮਿਕ ਰੋਹਰੀਤਾ ਨਾਲ ਪਾਏ ਗਏ। ਪਵਿੱਤਰ ਆਰਤੀ ਦਾ ਕੀਰਤਨ ਹਜ਼ੂਰੀ ਰਾਗੀ ਗੁਰਦੁਆਰਾ ਹਰੀਸਰ ਮੰਨਣਹਾਨਾ ਭਾਈ ਪ੍ਰਦੀਪ ਸਿੰਘ ਜੀ ਦੇ ਜਥੇ ਵੱਲੋਂ ਕੀਤਾ ਗਿਆ। 25 ਗੁੰਬਦਾਂ ਵਾਲੇ 155 ਫੁੱਟ ਉੱਚੇ ਗੁਰਦੁਆਰਾ ਹਰੀਸਰ ਮੰਨਣਹਾਨਾ ਵਿਖੇ ਸੁਸ਼ੋਭਿਤ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਵਿੱਚੋਂ ਹੁਕਮਨਾਮੇ ਲਏ ਗਏ। ਅਤ ਆਧੁਨਿਕ ਤਕਨੀਕਾਂ ਨਾਲ ਉਸਾਰੇ ਗਏ ਗੁਰਦੁਆਰਾ ਹਰੀਸਰ ਦੇ ਹਾਲ ਵਿੱਚ ਸਮੁੱਚਾ ਸੰਤ ਸਮਾਗਮ ਪੂਰੀਆਂ ਧਾਰਮਿਕ ਰੋਹ ਰੀਤਾਂ ਅਨੁਸਾਰ ਸਾਰਾ ਦਿਨ ਚੱਲਦਾ ਰਿਹਾ। ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਪਹੁੰਚੀ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਆਪਣੇ ਆਪ ਨੂੰ ਗੁਰੂ ਕਿਰਪਾ ਦਾ ਪਾਤਰ ਬਣਾਉਣ ਦੇ ਨਾਲ ਨਾਲ ਉਸ ਅਕਾਲ ਪੁਰਖ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਦੇਸ਼ ਭਰ ਦੀਆਂ ਵੱਖ ਵੱਖ ਧਾਰਮਿਕ ਸੰਸਥਾਵਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਸੰਤ ਮਹਾਂਪੁਰਸ਼ਾਂ ਅਤੇ ਧਾਰਮਿਕ ਆਗੂਆਂ ਦੀ ਪ੍ਰਬੰਧਕਾਂ ਵੱਲੋਂ ਬੜੇ ਹੀ ਅਦਬ ਅਤੇ ਸਤਿਕਾਰ ਨਾਲ ਸ਼ਮੂਲੀਅਤ ਕਰਵਾਈ ਗਈ। ਸਮਾਗਮ ਦੇ ਦੂਸਰੇ ਦਿਨ ਕੀਰਤਨ ਦਰਬਾਰ ਦੀ ਸ਼ੁਰੂਆਤ ਭਾਈ ਪ੍ਰਦੀਪ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਮੰਨਣਹਾਨਾ ਵੱਲੋਂ ਸ਼ਬਦ ਕੀਰਤਨ ਰਾਹੀਂ ਕੀਤੀ ਗਈ। ਭਾਈ ਨਰਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜਥੇ ਵੱਲੋਂ ਕੋਈ 1 ਘੰਟੇ ਤੱਕ ਰਸ ਭਿੰਨੇ ਸ਼ਬਦ ਕੀਰਤਨ ਨਾਲ ਹਾਜ਼ਰੀ ਲਗਵਾਈ ਗਈ। ਕੁਰਬਾਨ ਜਾਉ ਮਿਹਰਬਾਨ ਕੁਰਬਾਨ ਜਾਉ ਕੁਰਬਾਨ ਜਾਉ ਤੇਰਾ ਕੈ ਲੈਣ ਜੋ ਤੇਰਾ ਨਾਮ ਕੁਰਬਾਨ। ਉੱਘੇ ਰਾਗੀ ਪ੍ਰੋਫੈਸਰ ਚੰਨਣ ਸਿੰਘ ਜੀ ਸੇਵਕ ਅਨੰਦਪੁਰ ਸਾਹਿਬ ਵਾਲਿਆਂ ਨੇ ਵੀ ਗੁਰੂ ਘਰ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਸ਼ਬਦ ਕੀਰਤਨ ਰਾਹੀਂ ਲੰਬੇ ਸਮੇਂ ਤੱਕ ਸਮੇਂ ਨੂੰ ਅਲਾਹੀ ਰੰਗ ਵਿੱਚ ਰੰਗੀ ਰੱਖਿਆ। ਭਾਈ ਸੁਰਜੀਤ ਸਿੰਘ ਹੁਸ਼ਿਆਰਪੁਰ ਵਾਲਿਆਂ ਦੇ ਰਾਗੀ ਜਥੇ ਵੱਲੋਂ ਵੀ ਸੰਗਤ ਨਾਲ ਗੁਰੂ ਸ਼ਬਦ ਦੀ ਸਾਂਝ ਪਾਈ ਗਈ। ਸ਼ਬਦ ਕੀਰਤਨ ਦੀ ਸਮਾਪਤੀ ਭਾਈ ਗੁਰਮੁਖ ਸਿੰਘ ਫਗਵਾੜੇ ਵਾਲਿਆਂ ਦੇ ਜਥੇ ਵੱਲੋਂ ਕੀਤੇ ਸ਼ਬਦ ਕੀਰਤਨ ਰਾਹੀਂ ਹੋਈ। ਸਮਾਗਮ ਦੇ ਤੀਸਰੇ ਦਿਨ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ, ਜਿਸ ਉਪਰੰਤ ਸੰਤ ਮਹਾਂਪੁਰਸ਼ਾਂ ਵੱਲੋਂ ਗੁਰਬਾਣੀ ਆਧਾਰਿਤ ਪ੍ਰਵਚਨ ਸੰਗਤ ਨਾਲ ਸਾਂਝੇ ਕੀਤੇ ਗਏ। ਸੰਤ ਤੇਜਾ ਸਿੰਘ ਖਾਲਸਾ ਜੀ ਨੇ ਜੀਵਨ, ਮੌਤ ਅਤੇ ਪਰਮਾਤਮਾ ਸੰਬੰਧੀ ਗੁਰਬਾਣੀ ਦਾ ਹਵਾਲਾ ਦਿੰਦੇ ਹੋਏ ਉਸ ਪਾਰ ਬ੍ਰਹਮ ਦੀ ਉਸਤਤੀ ਬਾਰੇ ਆਪਣੇ ਵਿਚਾਰ ਸੰਗਤ ਦੇ ਰੂਬਰੂ ਪੇਸ਼ ਕੀਤੇ। ਸੰਤ ਸੁੱਚਾ ਸਿੰਘ ਅਟਾਰੀ ਵਾਲਿਆਂ ਨੇ ਵੀ ਸੱਚ ਦੇ ਮਾਰਗ ਤੇ
ਚਲਦਿਆਂ ਆਪਣਾ ਜੀਵਨ ਦੂਸਰਿਆਂ ਦੀ ਸੇਵਾ ਵਿੱਚ ਲਗਾਉਣ ਲਈ ਹਰ ਇੱਕ ਪ੍ਰਾਣੀ ਨੂੰ ਅੱਗੇ ਆਉਣ ਲਈ ਪ੍ਰੇਰਿਆ। ਇਸ ਸਮੁੱਚੇ ਪ੍ਰੋਗਰਾਮ ਦੀ ਕਾਰਵਾਈ ਨੂੰ ਮਹਾਨ ਧਾਰਮਿਕ ਸ਼ਖਸੀਅਤ ਸੰਤ ਸਵਰਨ ਸਿੰਘ ਜੀ ਚੰਡੇਰ ਮਹਾਂਪੁਰਖ ਵਾਲੇ ਬਹੁਤ ਹੀ ਸੂਝਬੂਝ ਨਾਲ ਚਲਾ ਰਹੇ ਸਨ। ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ, ਸਾਬਕਾ ਜਥੇਦਾਰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਗੁਰਬਾਣੀ ਦੇ ਹਵਾਲਿਆਂ ਨਾਲ ਪ੍ਰਾਣੀ ਮਾਤਰ ਨੂੰ ਸੰਤ ਹਰੀ ਸਿੰਘ ਜੀ ਨੈਕੀ ਵਾਲਿਆਂ ਦੀ ਤਰ੍ਹਾਂ ਜ਼ਿੰਦਗੀ ਸਮਾਜ ਸੇਵਾ ਵਿੱਚ ਗੁਜ਼ਾਰਨ ਲਈ ਪ੍ਰੇਰਿਤ ਕੀਤਾ। ਸੰਤ ਭਾਗ ਸਿੰਘ ਪ੍ਰਧਾਨ ਦੁਆਬਾ ਨਿਰਮਲ ਮੰਡਲ ਪੰਜਾਬ ਬੰਗਾ ਵਾਲਿਆਂ ਨੇ ਸ਼੍ਰੀਮਾਨ 108 ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੇ ਜਨਮ ਦਿਵਸ ਤੇ ਆਪਣੇ ਸੰਦੇਸ਼ ਵਿੱਚ ਪ੍ਰਾਣੀ ਮਾਤਰ ਨੂੰ ਸੇਵਾ ਦਾ ਗਹਿਣਾ ਪਹਿਨਣ ਦੀ ਪ੍ਰੇਰਨਾ ਦਿੱਤੀ। ਇਸੇ ਤਰ੍ਹਾਂ ਉੱਘੇ ਵਿਦਵਾਨ ਸੰਤ ਰਣਜੀਤ ਸਿੰਘ ਬਾਹੋਵਾਲ ਵਾਲਿਆਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਕੇ ਮਨੁੱਖੀ ਜਾਮੇ ਵਿੱਚ ਮਿਲੇ ਇਸ ਅਨਮੋਲ ਜਨਮ ਵਿੱਚ ਧਰਮ ਅਰਥ ਦੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇਸ ਪਾਵਨ ਅਸਥਾਨ ਤੇ ਆਪਣੀ ਸ਼ਰਧਾ ਦਾ ਇਜ਼ਹਾਰ ਕਰਨ ਲਈ ਪਹੁੰਚਦੀ ਹੈ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ। ਮਹੰਤ ਗੁਰਚਰਨ ਸਿੰਘ ਪਾਂਡਵਾ ਨੇ ਕਾਦਰ ਦੀ ਕੁਦਰਤ ਵਾਂਗ ਦੂਸਰਿਆਂ ਦੇ ਕੰਮ ਆਉਣਾ ਹੀ ਜੀਵਨ ਦਾ ਮਨੋਰਥ ਦੱਸਿਆ। ਬਾਬੇ ਨਾਨਕ ਵੱਲੋਂ 20 ਰੁਪਏ ਨਾਲ ਸ਼ੁਰੂ ਕੀਤਾ ਗਿਆ ਲੰਗਰ ਦੁਨੀਆਂ ਵਿੱਚ ਇੱਕ ਅਦੁੱਤੀ ਮਿਸਾਲ ਹੈ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਲਈ ਵੀ ਕਦੇ ਲੰਗਰ ਦੀ ਤੋਟ ਨਹੀਂ ਆਈ। ਇਸ ਪਰੰਪਰਾ ਨੂੰ ਗੁਰਦੁਆਰਾ ਹਰੀ ਸਰ ਮੰਨਣ ਹੰਨਾ ਕੁਟੀਆ ਅਮਰੂਦਾਂ ਵਾਲੀ ਵਿਖੇ ਸਾਰਾ ਸਾਲ ਦਿਨ ਰਾਤ ਨਿਰਵਿਘਨ ਚਾਲੂ ਰੱਖਿਆ ਜਾਂਦਾ ਹੈ। ਸੰਤ ਬਾਬਾ ਬਲਵੀਰ ਸਿੰਘ ਜੀ ਅਤੇ ਸੰਤ ਬਾਬਾ ਜਸਵੰਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰਮੁੱਖ ਸੇਵਾਦਾਰਾਂ ਵੱਲੋਂ ਲੰਗਰ ਅਤੇ ਪੰਗਤ ਦੀ ਪਰੰਪਰਾ ਨੂੰ ਬਹੁਤ ਹੀ ਸ਼ਰਧਾ ਪੂਰਵਕ ਨਿਭਾਇਆ ਜਾਂਦਾ ਹੈ। ਜਥੇਦਾਰ ਰਾਕੇਸ਼ ਦੇ ਸਹਿਯੋਗ ਨਾਲ ਸੇਵਾਦਾਰਾਂ ਦੇ 3 ਦਿਨ ਤੱਕ ਚਾਹ ਅਤੇ ਪਕੌੜਿਆਂ ਦੇ ਲੰਗਰ ਦੀ ਨਿਰੰਤਰ ਸੇਵਾ ਜਾਰੀ ਰੱਖੀ ਗਈ। ਸੰਤ ਬਲਵੰਤ ਸਿੰਘ ਸਕੱਤਰ ਪੰਚਾਇਤੀ ਅਖਾੜਾ ਨਿਰਮਲ ਹਰਿਦੁਆਰ ਵਾਲਿਆਂ ਨੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਨੁਸਾਰ ਦਰਸਾਏ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ। ਦਿਨ ਭਰ ਚੱਲੇ ਸੰਤ ਸਮਾਗਮ ਦੌਰਾਨ ਗਰਮੀ ਤੋਂ ਨਿਜਾਤ ਦਿਵਾਉਣ ਲਈ ਗੁਰੂ ਘਰ ਦੇ ਸੇਵਕ ਪਰਿਵਾਰਾਂ ਵੱਲੋਂ ਠੰਡੇ ਮਿੱਠੇ ਪਾਣੀ ਅਤੇ ਜਲ ਜੀਰੇ ਦੀ ਛਬੀਲ ਦੀ ਸੇਵਾ ਪੂਰੇ ਦਿਨ ਨਿਭਾਈ ਗਈ। ਸੰਤ ਰਣਜੀਤ ਸਿੰਘ ਜੀ ਨੇ ਗੁਰਬਾਣੀ ਦਾ ਊਟ ਆਸਰਾ ਲੈਂਦੇ ਹੋਏ ਬੇਦਾਗ ਜੀਵਨ ਜਿਉਣ ਦੀ ਗੱਲ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੀ। ਇਸ ਸਮਾਗਮ ਵਿੱਚ ਸੰਤ ਸੰਤੋਖ ਸਿੰਘ ਪਾਲ ਦੀ, ਸੰਤ ਗੁਰਬਚਨ ਸਿੰਘ ਜੀ ਪਠਲਾਵਾ, ਸੰਤ ਭੋਲਾ ਜੀ, ਸੰਤ ਗੁਰਚਰਨ ਸਿੰਘ ਵੱਡੋਂ, ਸੰਤ ਪ੍ਰੀਤਮ ਸਿੰਘ ਬਾੜੀਆਂ ਕਲਾਂ, ਸੰਤ ਕਸ਼ਮੀਰ ਸਿੰਘ ਕੋਟਪਤੋਈ, ਸੰਤ ਸਤਨਾਮ ਸਿੰਘ ਮਜਾਰੀ, ਸੰਤ ਸੋਹਣ ਸਿੰਘ ਖੇੜਾ, ਸੰਤ ਪ੍ਰੀਤਮ ਸਿੰਘ ਡੋਮੇਲੀ, ਸੰਤ ਖੁਸ਼ਹਾਲ ਸਿੰਘ ਰੋਪੜ, ਸਵਾਮੀ ਭਾਰਤੀ ਜੀ ਲੁਧਿਆਣਾ, ਸਵਾਮੀ ਸ਼ੰਕਰਾਨੰਦ ਪਰਬਤ ਪੱਦੀ ਮੱਠਵਾਲੀ ਅਤੇ ਸੰਤ ਆਤਮ ਪ੍ਰਕਾਸ਼ ਭੂਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ। ਸੰਤ ਅਮਰੀਕ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਵੀ ਸੱਚ ਦੇ ਮਾਰਗ ਤੇ ਚੱਲਦਿਆਂ ਆਪਣਾ ਜੀਵਨ ਦੂਸਰਿਆਂ ਦੀ ਸੇਵਾ ਵਿੱਚ ਲਗਾਉਣ ਲਈ ਹਰ ਇੱਕ ਪ੍ਰਾਣੀ ਨੂੰ ਅੱਗੇ ਆਉਣ ਲਈ ਪ੍ਰੇਰਿਆ। ਕੁਟੀਆ ਅਮਰੂਦਾਂ ਵਾਲੀ ਅਤੇ ਕੁਟੀਆ ਅੰਬਾਂ ਵਾਲੀ ਵਿਖੇ ਹਾਜ਼ਰੀ ਭਰ ਕੇ ਸੰਗਤ ਨੇ ਸੰਤ ਮਹਾਂਪੁਰਸ਼ਾਂ ਅਤੇ ਧੰਨ ਧੰਨ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਗੁਰੂ ਘਰ ਦੀ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ। ਇਹ ਉਹ ਪਾਵਨ ਧਰਤੀ ਹੈ ਜਿੱਥੇ ਵਾਤਾਵਰਨ ਨੂੰ ਸੰਭਾਲਣ ਦਾ ਪ੍ਰਤੱਖ ਉਪਰਾਲਾ ਨਜ਼ਰ ਆਉਂਦਾ ਹੈ। ਰੁੱਖਾਂ ਨਾਲ ਟਕੀ ਧਰਤੀ ਮਾਂ ਸੰਤ ਹਰੀ ਸਿੰਘ ਨੈਕੀ ਵਾਲਿਆਂ ਦੇ ਯਤਨਾਂ ਨੂੰ ਸਿਜਦਾ ਕਰਦੀ ਹੈ। ਸੰਗਤ ਅਤੇ ਖਾਸ ਕਰਕੇ ਬੱਚਿਆਂ ਨੇ ਸਰੋਵਰ ਹਰੀਸਰ ਦੇ ਪਵਿੱਤਰ ਜਲ ਵਿੱਚ ਚੁੱਭੀਆਂ ਲਗਾ ਕੇ ਕੁਝ ਦੇਰ ਲਈ ਗਰਮੀ ਤੋਂ ਰਾਹਤ ਪਾਉਣ ਦਾ ਆਨੰਦ ਮਾਣਿਆ। ਸੰਤ ਪਾਲ ਸਿੰਘ ਲੋਹੀਆਂ ਵਾਲਿਆਂ ਨੇ ਸੰਗਤ ਦੇ ਸਨਮੁਖ ਪੇਸ਼ ਕੀਤੇ ਗੁਰਬਾਣੀ ਆਧਾਰਿਤ ਵਿਚਾਰਾਂ ਰਾਹੀਂ ਸੰਗਤ ਨੂੰ ਗੁਰੂ ਸ਼ਬਦ ਨਾਲ ਜੁੜਨ ਦੀ ਲੋੜ ਤੇ ਜ਼ੋਰ ਦਿੱਤਾ। ਇਹਨਾਂ ਤੋਂ ਇਲਾਵਾ ਸੰਤ ਚੈਲ ਸਿੰਘ ਜੀ ਅੰਮ੍ਰਿਤਸਰ ਵਾਲੇ, ਸੰਤ ਸਰਵਣਦਾਸ ਜੀ, ਸੰਤ ਚਰਨਦਾਸ ਜੀ, ਸੰਤ ਕਮਲਜੀਤ ਸਿੰਘ ਜੀ ਅਤੇ ਸੰਤ ਸੁੱਖਾ ਜੀ ਨੰਗਲ ਵਾਲਿਆਂ ਨੇ ਵੀ ਮੰਚ ਤੋਂ ਸੰਗਤ ਦੇ ਸਨਮੁੱਖ ਆਪਣੇ ਵਿਚਾਰ ਪੇਸ਼ ਕੀਤੇ। ਧੰਨ ਧੰਨ ਸ਼੍ਰੀਮਾਨ 108 ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ ਪਵਿੱਤਰ ਯਾਦ ਵਿੱਚ ਸੰਤ ਸੁੱਚਾ ਸਿੰਘ ਜੀ ਵੱਲੋਂ ਉਸਾਰੀ ਨਵੀਂ ਨਿਰਮਲ ਕੁਟੀਆ ਅਟਾਰੀ ਦੇ ਜਥੇ ਵੱਲੋਂ ਵੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਬਾਹਰ ਵਾਰ ਲੱਗੇ ਝੂਲਿਆਂ, ਸਜਾਵਟੀ ਸਮਾਨ ਦੀਆਂ ਦੁਕਾਨਾਂ, ਚੰਡੋਲ ਦੇ ਹੁਲਾਰਿਆਂ ਅਤੇ ਆਮ ਦੁਕਾਨਾਂ ਤੋਂ ਸਮਾਨ ਦੀ ਹੋ ਰਹੀ ਖਰੀਦੋ ਫਰੋਖਤ ਤੋਂ ਕਿਸੇ ਵੱਡੇ ਮੇਲੇ ਦਾ ਝਲਕਾਰਾ ਦੇਖਣ ਨੂੰ ਮਿਲਿਆ। ਨੌਜਵਾਨ ਸਭਾ ਮੰਨਣ ਹੰਨਾ ਅਤੇ ਹੋਰ ਸੇਵਕਾਂ ਵੱਲੋਂ ਲੰਗਰ ਤਿਆਰ ਕਰਨ, ਲੰਗਰ ਵਰਤਾਉਣ ਅਤੇ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਨਿਭਾਈ ਗਈ। ਇਸ ਸਮਾਗਮ ਵਿੱਚ ਗੁਰੂ ਘਰ ਦੇ ਅਨੰਦ ਸੇਵਕ ਸਰਦਾਰ ਭੁਪਿੰਦਰ ਸਿੰਘ, ਡਾਕਟਰ ਰਾਣਾ ਜੀ,
ਪਿਛਲੇ 33 ਸਾਲਾਂ ਤੋਂ ਨਿਸ਼ਕਾਮ ਸੇਵਾ ਨਿਭਾ ਰਹੇ ਸਰਦਾਰ ਰਣਜੋਤ ਸਿੰਘ ਜੀ, ਸਰਦਾਰ ਨਿਸ਼ਾਂਤ ਸਿੰਘ ਜੀ, ਪ੍ਰਿੰਸੀਪਲ ਬਲਵੀਰ ਸਿੰਘ ਜੀ ਅਤੇ ਪ੍ਰੋਫੈਸਰ ਸੀਤਲ ਸਿੰਘ ਜੀ, ਉੱਘੇ ਕੁਸ਼ਤੀ ਕੋਚ ਸ਼੍ਰੀ ਪੀ ਆਰ ਸੋਂਦੀ ਜੀ ਅਤੇ ਸਰਦਾਰ ਰਾਮ ਸਰੂਪ ਸਿੰਘ ਜੀ ਨੇ ਵੀ ਉਚੇਚੇ ਤੌਰ ਤੇ ਹਾਜ਼ਰੀ ਭਰੀ। ਕੁਟੀਆ ਅੰਬਾਂ ਵਾਲੀ ਅਤੇ ਡੇਰੇ ਦੇ ਸੰਚਾਲਕ ਸੰਤ ਬਾਬਾ ਜਸਵੰਤ ਸਿੰਘ ਜੀ ਨੇ ਮੰਚ ਤੋਂ ਸਮੂਹ ਸੰਗਤ ਅਤੇ ਸੰਤ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਅਤੇ ਅੱਗੋਂ ਤੋਂ ਵੀ ਅਜਿਹੇ ਸਹਿਯੋਗ ਦੀ ਆਸ ਪ੍ਰਗਟ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਸਾਡੇ ਬਾਬਿਆਂ ਦਾ, ਨੇਕੀ ਵਾਲੇ ਸੰਤਾਂ ਦਾ 27ਵਾਂ ਸੰਤ ਸੰਮੇਲਨ ਆ ਜਨਮ ਦਿਨ 'ਤੇ। ਅਤੇ ਪਹਿਲੇ ਦਿਨ 14 ਤਰੀਕ ਨੂੰ ਢਾਡੀ ਦਰਬਾਰ ਸੀ ਅਤੇ 15 ਨੂੰ ਕੀਰਤਨ ਦਰਬਾਰ ਆ, 16 ਨੂੰ ਸੰਤ ਸੰਮੇਲਨ ਆ। ਜਿਤਨੇ ਵੀ ਸਾਧੂ ਮਹਾਤਮਾ ਆਏ ਆ, ਢਾਡੀ ਜਥੇ ਆਏ ਆ, ਕੀਰਤਨ ਦਰਬਾਰ ਆਏ ਆ, ਜਿੰਨੇ ਵੀ ਸੰਤਾਂ ਦੇ ਸ਼ਰਧਾਲੂ ਆਏ ਹੈ, ਸਾਧੂ ਮਹਾਤਮਾ ਆਏ, ਤਾਂ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਹੀ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਤ ਸਵਰਨਦਾਸ ਜੀ ਵੱਲੋਂ ਗੁਰਬਾਣੀ ਦਾ ਓਟ ਆਸਰਾ ਲੈਂਦੇ ਹੋਏ ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲਿਆਂ ਵਾਂਗ ਸਾਰਾ ਜੀਵਨ ਸਰਬੱਤ ਦੇ ਭਲੇ ਲਈ ਗੁਜ਼ਾਰਨ ਦੀ ਪ੍ਰੇਰਣਾ ਦਿੱਤੀ। ਸੰਤ ਚਰਨਦਾਸ ਜੀ ਨੇ ਮੰਚ ਤੋਂ ਸੰਤ ਬਾਬਾ ਹਰੀ ਸਿੰਘ ਜੀ ਦੇ 106ਵੇਂ ਜਨਮ ਦਿਵਸ ਦੀ ਸਮੂਹ ਸੰਗਤ ਨੂੰ ਵਧਾਈ ਪੇਸ਼ ਕੀਤੀ। ਸੰਤ ਕਮਲਜੀਤ ਸਿੰਘ, ਸੰਤ ਭਗਵਾਨ ਸਿੰਘ ਜੀ, ਸੁੱਖਾ ਨੰਗਲ ਵਾਲੇ ਅਤੇ ਸਤਪ੍ਰੀਤ ਜੀ ਨੇ ਵੀ ਇਸ ਧਾਰਮਿਕ ਸਮਾਗਮ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਸਫਲਤਾਪੂਰਵਕ ਨੇਪਰੇ ਚੜ੍ਹਨ ਤੇ ਸਾਰਿਆਂ ਨੂੰ ਵਧਾਈ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੋਏ ਗੁਰਦੁਆਰਾ ਹਰੀਸਰ ਮੰਨਣਹਾਨਾ ਦੇ ਮੁੱਖ ਸੰਚਾਲਕ ਧੰਨ ਧੰਨ ਸੰਤ ਬਾਬਾ ਬਲਵੀਰ ਸਿੰਘ ਜੀ ਨੇ ਕਿਹਾ ਕਿ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀਮਾਨ 108 ਬ੍ਰਹਮ ਗਿਆਨੀ ਸੰਤ ਬਾਬਾ ਹਰੀ ਸਿੰਘ ਜੀ ਨੇਕੀ ਵਾਲਿਆਂ ਦੇ 106ਵੇਂ ਜਨਮ ਦਿਵਸ ਅਤੇ ਉਹਨਾਂ ਦੀ ਯਾਦ ਵਿੱਚ ਕਰਵਾਏ 27ਵੇਂ ਸੰਤ ਸੰਮੇਲਨ 'ਤੇ ਅਸੀਂ ਆਪ ਸਭ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ। ਗੁਰਦੁਆਰਾ ਹਰੀਸਰ ਮੰਨਣਹਾਨਾ ਕੁਟੀਆ ਅਮਰੂਦਾਂ ਵਾਲੀ ਦੇ ਮੁੱਖ ਸੇਵਾਦਾਰ ਦੀ ਹੈਸੀਅਤ ਵਿੱਚ ਅਸੀਂ ਆਪ ਜੀ ਵੱਲੋਂ ਇਸ ਮਹਾਨ ਜੱਗ ਵਿੱਚ ਪਾਏ ਸਹਿਯੋਗ ਲਈ ਆਪ ਸਭ ਦਾ ਧੰਨਵਾਦ ਕਰਦੇ ਹਾਂ ਅਤੇ ਭਵਿੱਖ ਵਿੱਚ ਵੀ ਅਜਿਹੀ ਆਸ ਕਰਦੇ ਹਾਂ। ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।